ਸੋ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਅਤੇ ਨਾਲ ਗੱਲਬਾਤ ਇਹ ਵੀ ਚੱਲ ਰਹੀ ਆ ਕਿ ਗੈਰ ਕਾਨੂੰਨੀ ਕੰਸਟਰਕਸ਼ਨ ਜਿਹੜੀ ਸਰੀ 'ਚ ਹੋਈ ਆ, ਬਹੁਤ ਸਾਰੇ ਲੋਕਾਂ ਨੇ ਬੇਸਮੈਂਟਾਂ ਵਧਾ ਲਈਆਂ, ਬਹੁਤ ਸਾਰੇ ਲੋਕਾਂ ਨੇ ਘਰ ਜਿਹੜੇ ਆ ਡਬਲ ਕਰ ਲਿਆ, ਆਲਮੋਸਟ ਸਾਰ ਲਿਆ, ਮੂਹਰੇ ਵੀ ਛੱਤ ਲਿਆ, ਪਿੱਛੇ ਵੀ ਛੱਤ ਲਿਆ, ਡਰਾਈਵੇ ਚੌੜੇ ਕਰ ਲਏ। ਹੁਣ ਬਹੁਤ ਸਾਰੇ ਲੋਕ ਕੀ ਕਰ ਰਹੇ ਆ ਕਿ ਵੀਡੀਓਜ਼ ਬਣਾ ਕੇ ਸਰੀ ਨੂੰ ਸ਼ਿਕਾਇਤ ਦੇ ਰੂਪ ਦੇ ਵਿੱਚ ਭੇਜ ਰਹੇ ਆ। ਭੇਜ ਤਾਂ ਪਹਿਲਾਂ ਵੀ ਸੀਗੀ, ਉਹਨਾਂ ਨੂੰ ਸੀਗਾ ਵੀ ਪਹਿਲਾਂ ਕਾਰਵਾਈ ਨਹੀਂ ਸੀ ਹੁੰਦੀ, ਹੁਣ ਉਹਨਾਂ ਨੂੰ ਆਸ ਹੈ ਕਿ ਜਿਹੜੀ ਨਵੀਂ ਕੌਂਸਲ ਆ ਸ਼ਾਇਦ ਉਹ ਕਾਰਵਾਈ ਕਰੂਗੀ। ਸੋ ਇੱਕ ਵਾਰੀ ਦੁਬਾਰਾ ਸ਼ਿਕਾਇਤਾਂ ਦੇ ਅੰਬਾਰ ਲੱਗ ਰਹੇ ਆ, ਦਰਜਨਾਂ ਦੀ ਗਿਣਤੀ ਦੇ ਵਿੱਚ ਸ਼ਿਕਾਇਤਾਂ ਲਿਖਤੀ ਰੂਪ ਦੇ ਵਿੱਚ, ਵੀਡੀਓਜ਼ ਦੇ ਰੂਪ ਦੇ ਵਿੱਚ ਸਿਟੀ ਹਾਲ ਭੇਜੀਆਂ ਜਾ ਰਹੀਆਂ ਆ। ਸੋ ਮਤਲਬ ਕੀ ਹੈ, ਕੁਝ ਲੋਕਾਂ ਨੇ ਤਾਂ ਯੂਟਿਊਬ ਤੱਕ ਦੇ ਉੱਤੇ ਪਾ ਦਿੱਤੀਆਂ ਇਹ ਸ਼ਿਕਾਇਤਾਂ ਵੀ ਆਹ ਨਾਲ ਮੇਰੇ ਗੁਆਂਢ ਦੇ ਵਿੱਚ ਸਾਡੇ ਮੁਹੱਲੇ 'ਚ ਐਡਾ ਘਰ ਸੀਗਾ ਛੋਟਾ ਜਿਹਾ, ਪਹਿਲਾਂ ਉਹਦਾ ਡਰਾਈਵੇ ਵਧਾਇਆ ਗਿਆ, ਉਸ ਤੋਂ ਬਾਅਦ ਪਿੱਛੇ ਸ਼ੈੱਡ ਪਾ ਦਿੱਤੀ ਗਈ, ਸ਼ੈੱਡ ਨੂੰ ਵਧਾ ਕੇ ਫਿਰ ਇੱਕ ਬੇਸਮੈਂਟ ਬਣਾਈ ਗਈ, ਫਿਰ ਦੋ ਬੇਸਮੈਂਟਾਂ ਬਣਾ ਦਿੱਤੀਆਂ, ਫਿਰ ਉਹਦੇ ਉੱਪਰ ਛੱਤ ਪਾ ਕੇ ਇੱਕ ਹੋਰ ਜਿੱਦਾਂ ਉਹਦੀ ਡਬਲ ਸਟੋਰੀ ਕਰ ਦਿੱਤਾ ਗਿਆ, ਫਿਰ ਸਾਰੇ ਘਰ ਦੇ ਵਿੱਚ ਲੁੱਕ ਪਵਾ ਦਿੱਤੀ ਗਈ। ਸੋ ਇਹੋ ਜਿਹੀਆਂ ਵੀਡੀਓਜ਼ ਜਿਹੜੀਆਂ ਅਕਸਰ ਹੁਣ ਯੂਟਿਊਬ ਦੇ ਉੱਤੇ ਵੀ ਦੇਖਣ ਨੂੰ ਮਿਲ ਰਹੀਆਂ ਅਤੇ ਸ਼ਿਕਾਇਤਾਂ ਵੀ ਉਹਨਾਂ ਦੀਆਂ ਬਹੁਤ ਹੋ ਰਹੀਆਂ। ਸੋ ਜੇਕਰ ਭਵਿੱਖ ਦੇ ਵਿੱਚ ਲੋਕਾਂ ਨੂੰ ਬਾਈ ਲਾਜ਼ ਵੱਲੋਂ ਸ਼ਿਕਾਇਤਾਂ ਦੇ ਜਿਹੜੇ ਆ ਚਿੱਠੀ ਪੱਤਰ ਸ਼ੁਰੂ ਹੋ ਜਾਵੇ ਜਾਂ ਕਾਰਵਾਈ ਲਈ ਕਹਿਣ ਲੱਗ ਪਵੇ, ਤਾਂ ਹੈਰਾਨ ਨਾ ਹੋਣਾ, ਕਿਉਂਕਿ ਇਹੋ ਜਿਹੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਹੁਣ ਸਿਟੀ ਹਾਲ ਪਹੁੰਚ ਰਹੀਆਂ ਆ। ਅਤੇ ਜਿਹੜੀ ਨਵੀਂ ਕੌਂਸਲ ਆ, ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹੀ ਸੀਗੀ ਕਿ ਗੈਰ ਕਾਨੂੰਨੀ ਕਸਾਰੀ ਦੇ ਉੱਤੇ ਸ਼ਿਕੰਜਾ ਕੱਸਿਆ ਜਾਣਾ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਵੀ ਜਿਹੜੇ ਆ ਗੱਲ ਵੱਧ ਸਕਦੀ ਹੈ ਜੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।